ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਇਹਨਾਂ ਵੱਲੋਂ ਇੱਕ ਇਨੀਸ਼ੀਏਟਿਵ ਲਿਆ ਗਿਆ ਹੈ ਕਿ ਜੋ ਨੌਜਵਾਨ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦੇ ਨੇ ਅਤੇ ਉਹ ਠੱਗੀ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦੇ ਉਹਨਾਂ ਲਈ ਵਿਭਾਗ ਵੱਲੋਂ ਇੱਕ ਇਨੀਸ਼ੀਏਟਿਵ ਲਿਆ ਗਿਆ ਸਰ ਪਹਿਲਾਂ ਤਾਂ ਉਹਨਾਂ ਲੋਕਾਂ ਲਈ ਜੋ ਵਿਦੇਸ਼ ਜਾਣਾ ਚਾਹੁੰਦੇ ਨੌਜਵਾਨਾਂ ਲਈ ਕੀ ਸੁਨੇਹਾ ਹੈ ਤੁਹਾਡਾ ਇਹ ਆਮ ਤੌਰ ਤੇ ਸ਼ਿਕਾਇਤ ਮਿਲਦੀ ਹੈ ਕਿ ਜਿਹੜੇ ਬਾਹਰ ਨੌਜਵਾਨ ਜਾਣਾ ਚਾਹੁੰਦੇ ਉਹਨਾਂ ਨੂੰ ਠੱਗਿਆ ਗਿਆ ਹੈ ਜਾਂ ਏਜੰਟ ਵੱਲੋਂ ਜਾਂ ਬਾਹਰ ਉਹਨਾਂ ਨੂੰ ਅੱਛੀ ਯੂਨੀਵਰਸਿਟੀ ਨਹੀਂ ਮਿਲੀ ਜਾਂ ਅੱਛੀ ਨੌਕਰੀ ਨਹੀਂ ਮਿਲੀ ਸੋ ਉਸ ਦੇ ਵਿੱਚ ਪੰਜਾਬ ਸਰਕਾਰ ਨੇ ਆਪਣਾ ਇੱਕ ਸੈੱਲ ਤਿਆਰ ਕਰ ਲਿਆ ਮੇਰੇ ਡਿਪਾਰਟਮੈਂਟ ਦੇ ਅੰਡਰ ਅਸੀਂ ਤਾਂ ਅਸੀਂ ਆਪ 에ਜੈਂਟ ਬਣ ਕੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਬਾਹਰ ਭੇਜੇਗੀ ਜਿਹੜੇ ਪੜਨ ਜਾਣਾ ਚਾਹੁੰਦੇ ਜਾਂ ਨੌਕਰੀ ਲਈ ਜਾਣਾ ਚਾਹੁੰਦੇ ਆ ਤੇ ਉਹਨਾਂ ਨੂੰ ਸਹੀ ਯੂਨੀਵਰਸਿਟੀ ਚ ਪੜਾਇਆ ਜਾਏਗਾ ਘੱਟ ਤੇ ਘੱਟ ਫੀਸਾਂ ਚ ਪੜਾਇਆ ਜਾਏਗਾ ਉਹਨਾਂ ਨੂੰ ਬਾਹਰ ਭੇਜਣ ਦੇ ਨਾਮ ਤੇ ਕੋਈ ਫੀਸ ਨਹੀਂ ਲਈ ਜਾਏਗੀ ਸਿਰਫ ਵੀਜ਼ਾ ਫੀਸ ਜਿਹੜੀ ਕੇਂਦਰ ਜਿਹੜੀ ਅੰਬੈਸੀ ਦੀ ਲੱਗਦੀ ਹੈ ਉਹੀ ਲੱਗੇਗੀ ਤੇ ਸਹੀ ਹੱਥਾਂ ਦੇ ਵਿੱਚ ਆਪਣੇ ਨੌਜਵਾਨ ਨੂੰ ਬਾਹਰ ਪੜਾ ਕੇ ਵਾਪਸ ਲਿਆਂਦਾ ਜਾਏਗਾ ਤੇ ਜਿਹੜੇ ਨੌਕਰੀ ਕਰਨਾ ਚਾਹੁੰਦੇ ਉੱਥੇ ਰਹਿਣਾ ਚਾਹੁੰਦੇ ਆ ਉਹ ਉਹਨਾਂ ਵਾਸਤੇ ਵੱਖਰਾ ਅਸੀਂ ਨੌਕਰੀ ਦਾ ਇੰਤਜ਼ਾਮ ਕੀਤਾ ਸੋ ਇਹ ਪੰਜਾਬ ਸਰਕਾਰ ਆਪਣਾ ਸੈੱਲ ਬਣਾ ਕੇ ਕਰੇਗੀ ਤਾਂਕੇ ਨੌਜਵਾਨਾਂ ਦੀ ਜਿਹੜੀ ਬਾਹਰ ਠੱਗੀ ਹੁੰਦੀ ਹੈ ਉਹ ਬਚ ਸਕੇ ਪ੍ਰੋਸੈਸ ਕੀ ਰਹੂਗਾ ਬਾਹਰ ਜਾਂਦਾ ਕਿਉਂਕਿ ਹੋਰ ਜਿਹੜੇ ਜਿਹੜੇ ਪ੍ਰਾਈਵੇਟ ਇਮੀਗ੍ਰੈਂਟਸ ਹੈਗੇ ਨੇ ਉਹ ਵੱਡੇ ਵੱਡੇ ਆਫਰਸ ਦਿੰਦੇ ਨੇ ਸਰਕਾਰ ਅਗਰ ਇਨੀਸ਼ੀਏਟਿਵ ਲੈਣ ਜਰੀਏ ਸਰਕਾਰ ਦਾ ਕੀ ਪ੍ਰੋਸੈਸ ਰਹੂਗਾ ਐਸੀ ਕੋਈ ਪੈਸਾ ਨਹੀਂ ਲੈਣਾ ਬਾਹਰ ਦੀਆਂ ਜਿਹੜੀਆਂ ਫੀਸਾਂ ਹੈ ਉਹਨਾਂ ਵਿੱਚ ਵੀ 25 ਤੋਂ 40% ਤੱਕ ਦੀ ਰਿਵੈਟ ਐਸੀ ਦਵਾ ਕੇ ਦੇਣੀ ਹੈ ਤੇ ਨਾਲ-ਨਾਲ ਬੱਚੇ ਦੇ ਸਾਨੂੰ ਅਪਲਾਈ ਕਰਨਾ ਹੈ ਐਸੀ ਉਹਦਾ ਸਾਰਾ ਇਮੀਗ੍ਰੇਸ਼ਨ ਦਾ ਕੰਮ ਕਰਾ ਕੇ ਦੇਣਾ ਤੇ ਉਹਦੇ ਕੋਈ ਫੀਸ ਨਹੀਂ ਲੱਗੇਗੀ ਅੱਛਾ ਸਰ ਜੇ ਘਰ ਘਰ ਨੌਕਰੀ ਤੇ ਜਿਹੜੇ ਵਾਅਦੇ ਕੀਤੇ ਗਏ ਸੀ ਦਾਅਵੇ ਕੀਤੇ ਗਏ ਸੀ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿੰਨੀਆਂ ਨੌਕਰੀਆਂ ਜਿਹੜੀਆਂ ਨੌਜਵਾਨਾਂ ਦੇ ਲਈ ਖੋਲੀਆਂ ਜਾਣਗੀਆਂ ਸਰ ਸਾਡੇ ਪਾਸ 10 ਲੱਖ 60 ਹਜ਼ਾਰ ਪੋਰਟਲ ਤੇ ਬੱਚੇ ਨੇ ਕੀਤਾ ਐਸੀ ਸਾਰਿਆਂ ਨੂੰ ਐਡਜਸਟ ਕਰਾਉਣ ਦਾ ਇਸ ਸਾਲ ਦੇ ਵਿੱਚ ਟੀਚਾ ਬਣਾਇਆ ਸੋ ਇਸ ਸਨ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਿਹੜੇ ਨੌਜਵਾਨ ਬਾਹਰ ਜਾਣ ਦੇ ਇੱਛੁਕ ਨੇ ਉਹ ਠੱਗੀ ਦਾ ਸ਼ਿਕਾਰ ਨਾ ਹੋਣ ਇਸ ਦੇ ਲਈ ਸਰਕਾਰ ਵੱਲੋਂ ਜਾਂ ਵਿਭਾਗ ਵੱਲੋਂ ਇੱਕ ਇਨੀਸ਼ੀਏਟਿਵ ਲਿਆ ਗਿਆ ਹੈ ਇੱਕ ਪੋਰਟਲ ਤਿਆਰ ਕੀਤਾ ਗਿਆ ਹੈ ਤੇ ਫ੍ਰੀ ਸੇਵਾ ਜਿਹੜੀ ਸਰਕਾਰ ਵੱਲੋਂ ਕੀਤੀ ਜਾਏਗੀ ਉਹਨਾਂ ਨੌਜਵਾਨਾਂ ਲਈ ਜੋ ਵਿਦੇਸ਼ ਜਾਣ ਦੇ ਇੱਛੁਕ ਨੇ ਤੇ ਸਹੀ ਯੂਨੀਵਰਸਿਟੀਆਂ ਦੇ ਵਿੱਚ ਉਹ ਉੱਥੇ ਜਾ ਕੇ ਪੜ੍ਹ ਸਕਣਗੇ ਕੈਮਰਾਮੈਨ ਚੇਤਨ ਸ਼ਰਮਾ ਦੇ ਨਾਲ ਪ੍ਰਲਾਦ ਸੰਗੇਲੀਆ ਰੀਅਲ ਫਲੇਵਰਸ న్యూਸ ਚੰਡੀਗੜ੍ਹ